मेरी गल सुन बाबू कन्न खोल के बी है ये थोड़ा आखिरी बारी सी इत्थे इतों बाद कोई थोड़ी शिकायत आ गई ना तो हिसाब ला लो ठीक है ना थोड़े खातर रोज रोज पंचायत नहीं बैठ सकती ठीक है जी मंजूर होना चलो फिर पिट भार नहीं चलती वड्डी गल्लां करदे चलो हां बाकी आपां करदे आं गलबात है ना अगला मसला देखते हैं पानी पी जाते हैं हां जी बस मैं कहना चाहता बना लेंगे चल ठीक है ठीक है ठीक है हेलो हां जी सरपंच साहब की हाल है ठीक है वधिया ढिल्लो साहब तुसीं सुनाओ किवें हो क्यों की हो गया ठीक है मार दा गेड़ा बस वही कुछ भाई फिर तो लवेला केहो जिहा वेला आ गया सारा पिंड इन्हां दी तारीफ करदा नहीं सी थकदा दोहें भरा मिलजुल के रहिंदे हुंदे सी ते अज वेख ला इन्हां दे घरे वी कंध निकलन लगी है भाई की हो जांदा यार उही भरा च जिहड़े छोटे हुंदे आ इकट्ठे रहिंदे ने बड़ा प्यार नाल रहिंदे ने वड्डे हो के क्यों लड़दे ने समझो बाहर है गल असल च गल पता की हुंदी है बच्चियां नूं मां इह सिखाउंदी हुंदी है वी तुसीं रल के रहिणा ते जदों वड्डे हो जांदे ने व्याहे जांदे ने तां तीवी उहनां नूं इह सिखाउंदी है वी तुसीं वक्खरे वक्खरे हो के रहिणा लै भाई ऐ तां तूं वी व्याह हां यार भाभी ने तां कदे नहीं अपने च लड़ाई पाई आपां तां बड़े प्यार नाल रहिंदे आ ओए इत्थे मैं कल्ला व्याह आ तूं नहीं व्याह जिहड़े घर दे विच दोहे व्याहे हुंदे ने ना उस घरां दे विच इह लड़ाइयां हुंदियां ने क्योंकि भरा तां इकट्ठे रह सकदे पर दराणियां जठाणियां नहीं इकट्ठे रह सकदे भाई फिर मैं थोड़े वाली गलती नहीं करनी आपां तां व्याह ही नहीं कराउणा ਆਪਾਂ ਦੋਵੇਂ ਭਰਾ ਸਾਰੀ ਉਮਰ ਆਈ ਰਵਾਂਗੇ ਚਲ ਆ ਚਲੀਏ ਢਿੱਲਵਾ ਚਲੋ ਚਲੋ ਢਿੱਲੋ ਸਾਹਿਬ ਕਰਿਓ ਆਓ ਆਓ ਸਰਪੰਚ ਸਾਹਿਬ ਆਓ ਆਓ ਲੰਘੇ ਆਓ ਠੀਕ ਹੈ ਆਓ 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 ਬੈਠੋ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾ ਟਾਲੇ ਫਿਰ ਹੈ कर ही लिया काम है वो थोड़े तो लोग इनिया तारीफा करते थोड़ी तो कोई सौ नहीं सिखाता तुम भी फीता चक्की बैठे हो घर वंडन वास्ते है बस सरपंच साहब पुछो ना हम पुछना पछाना तो की है क्यों बापू की कहना हम तू मैं तो यही कहना भी हूँ ये मुंडे ਸਾਡੇ ਨਾਲੋਂ ਵੀ ਸਿਆਣੇ ਹੋ ਗਏ ਜਿਹੜਾ ਆਪ ਹੀ ਫੈਸਲੇ ਲੈਂਦੇ ਨੇ ਸਾਨੂੰ ਤਾਂ ਪੁੱਛਦਾ ਕੋਈ ਕੁਛ ਨਹੀਂ ਕੋਈ ਨਹੀਂ ਦੋਹਾਂ ਸਾਰਾ ਓਏ ਤੁਸੀਂ ਸਿਆਣੇ ਬਹਿਣੇ ਹੋ ਹੈਂ ਪੜ੍ਹੇ ਲਿਖੇ ਹੋ ਸਾਰਾ ਪਿੰਡ ਤੁਹਾਡੀ ਇੱਜ਼ਤ ਕਰਦਾ ਅਤੇ ਤੁਸੀਂ ਚੰਗਾ ਕੰਮ ਕਰੀ ਜਾਂਦੇ ਯਾਰ ਹੈ ਬਾਈ ਉਹੀ ਗੱਲ ਹੋ ਗਈ ਆ ਜਿਹੜੀ ਆਪਾਂ ਕਰੇ ਸੀ ਸਵੇਰੇ ਉਹੀ ਕਾਰਨ ਬਣਿਆ ਮੈਨੂੰ ਤਾਂ ਲੱਗਦਾ ਉਹ ਭਾਈ ਜੇ ਕੋਈ ਊਂ ਗੱਲਬਾਤ ਹੈ ਤਾਂ ਊਂ ਬੈਠ ਕੇ ਨਵੇੜ ਲਓ ਆਪਦੀ ਕੋਈ ਦੇਣ ਲੈਣ ਦੀ ਹੈ ਜਾਂ ਕੋਈ ਕਿਸੇ ਗੱਲ ਦੀ ਹੋਰ ਹੈ ਪਰ ਵੰਡੀਆਂ ਪਾਉਣੀਆਂ ਕਿੱਥੋਂ ਤੱਕ ਸਹੀ ਹੈ ਉਹ ਨਹੀਂ ਸਰਪੰਚ ਸਾਹਿਬ ਹੁਣ ਨਹੀਂ ਚੱਲਦਾ ਸਾਡਾ ਇਕੱਠਿਆਂ ਦਾ ਪਰਿਵਾਰ ਹੁਣ ਦੋ ਦੇ ਮੂੰਹ ਇੱਧਰ ਹੁੰਦੇ ਆ ਤੇ ਦੋ ਦੇ ਇੱਧਰ ਹੁੰਦੇ ਆ ਚਲੋ ਐਂ ਕਰੋ ਫਿਰ ਤੁਸੀਂ ਬਹੁਆਂ ਨੂੰ ਵੀ ਬੁਲਾਓ ਤੇ ਅਸਲ 'ਚ ਸਾਨੂੰ ਗੱਲ ਦੱਸੋ ਸਾਰੀ ਵੀ ਮੁੱਦਾ ਹੈ ਕੀ ਹੈ ਗੱਲ ਕੀ ਹੈ ਗੱਲ ਤਾਂ ਸਰਪੰਚ ਸਾਹਿਬ ਬਸ ਤੁਸੀਂ ਪੁੱਛੋ ਨਾ ਲੈ ਪੁੱਛੋ ਨਾ ਸਰਪੰਚ ਸਾਹਿਬ ਮੈਂ ਦੱਸਦੀ ਗੱਲ ਕੀ ਹੈਗੀ ਜਗੀਰ ਕੋਰੇ ਹਾਂ ਮੁੰਡੇ ਗਏ ਨੂੰ ਕਾਫੀ ਟਾਈਮ ਹੋ ਗਿਆ ਤੇ ਉਹ ਆਇਆ ਨਹੀਂ ਤਾਂ ਕੀ ਗੱਲ ਹੋ ਗਈ ਟਾਈਮ ਲੱਗ ਗਿਆ ਉਹ ਸਾਹਿਬ ਕਰਨ ਲੱਗੇ ਨੂੰ ਅੱਛਾ ਲਿਆ ਕੁਝ ਆ ਵੀ ਸ਼ੇਰਾ ਕੀ ਗੱਲ ਟਾਈਮ ਬਾਹਲੇ ਲਾਤਾ ਉਹ ਬਾਪੂ ਸਾਹਿਬ ਕਿਤਾਬ ਵੀ ਵਾਵਾ ਹੋਇਆ ਪਿਆ ਸੀ ਬਾਕੀ ਆ ਲੈ 4.5 ਲੱਖ ਰੁਪਇਆ ਵਧਿਆ ਆਪਣਾ ਅੱਛਾ ਇਹ ਮੈਂ ਫਾੜੀ ਲਿਆ ਮੈਂ ਕਿਹਾ ਰੋਜ਼ ਰੋਜ਼ ਕਿਹੜਾ ਸ਼ਹਿਰ ਤੇ ਕਿਹੜੇ ਵਜਦੇ ਆ ਘਰੋਂ ਕਿਹੜਾ ਪੈਸਾ ਭਜਦਾ ਆੜਤਿਆਂ ਕੁਝ ਬੋਲਿਆ ਤਾਂ ਨਹੀਂਗਾ ਨਾ ਬੋਲਣ ਦਾ ਬਾਪੂ ਕੀ ਸੀ ਸਾਰੀ ਕੱਟ ਵੱਢ ਕਰਤੀ ਹੁਣ ਇੱਕ ਵਾਰੀ ਨੱਕੀ ਹੋ ਗਿਆ ਆਪਣਾ ਸਾਹਿਬ ਚਲ ਠੀਕ ਹੋ ਗਿਆ ਪੁੱਤ ਵਧੀਆ ਚਲ ਆ ਲੈ ਸਾਹਿਬ ਦਾ ਪੀਓ ਚਾਹ ਚੂ ਮੈਂ ਤਾਂ ਪਸ਼ੂ ਢਾਂਡਾ ਵੀ ਦੇਖ ਆਵਾਂ ਹਾਂ ਦੇਖ ਕੇ ਪੁੱਤ
जी हो गए तैयार? होई है ना। नाले पूछ लो बेबे भर के तो पैसे फाड़ लो। ओ फाड़ना फाड़ना बस हो गया तैयार। आज जल्दी फिर रात में मुड़के भी होना। वाह वाह चल। बेबे हां वो आ गया भाई। हां आ गया। तो कितने पैसे बचे आज की? 4,500 रख कहंदागा। अच्छा चल वधिया फिर तां मैनू ऐ कर 50,000 रुपया दे दे। मैं ते हरप्रीत इहनां दे घरे चले आ। इहदे भरा नूं 50,000 दी लोड़ आ। उहने कोई काम तोरना। ਉਹਨਾਂ ਨੇ 50,000 ਦਾ ਕੀ ਕਰਨਾ? ਉਹ ਬਾਪੂ ਚੱਲ ਆਇਆ ਆਪਣੇ ਪੈਸਿਆਂ ਨਾਲ ਉਹਦਾ ਕੋਈ ਕੰਮ ਤੁਰ ਪਏ ਬਿਲੇ ਲੱਗ ਜੇ ਕਿਸੇ ਪਾਸੇ ਤਾਂ ਚੰਗਾ ਹੀ ਹੈ। ਚੱਲ ਕੋਈ ਨੀ ਫਿਰ ਮੋੜ ਦੇਣਗੇ। ਕੰਡੀ ਕੀ ਗੱਲ ਹੈ? ਆ ਚੰਗਾ ਨਾ 50,000 ਕਹਦਾ। 50,000 ਭਾਬੀ ਉਹਦੇ ਭਰਾ ਨੂੰ ਦੇਣਾ। ਉਹਨੇ ਕੋਈ ਕੰਮ ਕਾਰ ਸ਼ੁਰੂ ਕਰਨਾ। ਨਾ ਕਿ ਨੰਗਮ ਲੰਗਰ ਦੇ 50,000 ਰੁਪਏ ਇੱਥੋਂ ਲੈ ਕੇ ਜਾਣਗੇ। ਓਹੋ ਉਹ ਹਰਪ੍ਰੀਤ ਤੂੰ ਸਮਝਾ ਦੇ। ਮੈਂ ਤਾਂ ਨਹੀਂ ਸਮਝਦਾ। ਤੂੰ ਆਏ ਬੋਲੀ ਇੰਨੀ ਕੀ ਗੱਲ ਨਾ ਬੋਲਣਾ ਹਰਪ੍ਰੀਤ। ਸਾਂਝੇ ਘਰ ਦੀ ਕਮਾਈ ਹੈ ਤੇ ਤੁਹਾਨੂੰ 50,000 ਰੁਪਏ ਕੱਲ ਦੀਏ ਸੀ। ਸਾਂਝੇ ਘਰ ਦੇ ਦੇ ਦਾਂਗੇ ਜਦੋਂ ਮੇਰੇ ਬਾਈ ਦਾ ਕੰਮ ਚੱਲ ਗਿਆ। ਦੇ ਦਾਂਗੇ ਪੈਸੇ ਕਦੋਂ ਦੇ ਦੋਗੇ? ਅੱਜ ਤਾਂ 50,000 ਰੁਪਏ ਲੈਣੇ, ਕੱਲ ਨੂੰ 1,00,000 ਮੰਗੋਗੇ, 2,00,000 ਮੰਗੋਗੇ। ਕੋਈ ਗੱਲ ਨਹੀਂ ਮੇਰੇ ਕੀ ਦੀ ਗੱਲ ਹੈ ਬਾਪੂ ਮੇਰੀ ਗੱਲ ਸੁਣ। ਹੈ ਆ ਭਾਬੀ ਹੁਣ ਇਹਨਾਂ ਬੋਲੀ ਜਾਂਦੀ ਆ। ਆ 10 ਸਾਲ ਹੋ ਗਏ ਜਦੋਂ ਮੈਂ ਵਿਆਹਿਆ ਨਹੀਂ ਸੀਗਾ। ਉਦੋਂ ਕਦੇ 10,000 ਲੈ ਗਈ, ਕਦੇ 5,000 ਲੈ ਗਈ। ਉਦੋਂ ਸਾਂਝਾ ਘਰ ਕਿੱਥੇ ਸੀਗਾ? ਹੁਣ ਇਹਨੂੰ ਬੋਲਣਾ ਆ ਗਿਆ। ਰਿਸ਼ਤੇਦਾਰ ਨੂੰ ਦੇਣੇ ਪੈਣਗੇ। ਨਾ ਬਾਪੂ ਮੇਰੇ ਤੁਸੀਂ ਵੀ ਸਿਆਣੇ ਹੋ, ਗੱਲ ਸਮਝੋ। ਆ ਦੂਜੇ ਦਿਨ ਥੋੜਾ ਨਾ 50,000 ਜਿੰਨਾ ਚਿਰ ਅਸੀਂ ਦੋਨੇ ਜਿਹੜੇ ਬੈਠੇ ਆ ਤੁਹਾਡਾ ਹੱਕ ਨਹੀਂ ਬੋਲਣ ਦਾ। ਐ ਕਰੋ ਪੁੱਤ ਮੁੜੇ ਆਓ ਸ਼ਾਮ ਨੂੰ। ਹਾਂ ਬਸ ਕੋ ਹਾਂ ਠੀਕ ਹੈ ਬਿਲਕੁਲ ਚੰਗਾ। ਲੈ ਆ ਮੈਂ ਸਾਹ ਜਾਂ ਅੰਦਰ। ਹਾਂ ਹੋਰ ਖੜੀ ਹੋਣੀ ਪਈ ਆ ਮਹਾਰਾਈਆਂ ਵਾਂਗੂ। ਆਏ ਬੋਲਦੀ ਆ ਕੀ ਗੱਲ? ਨਾ ਬੋਲਣਾ ਨਾ, ਸਾਰਾ ਦਿਨ ਧੰਦ ਪਿੱਟੀ ਜਾਂਦੀ ਆ ਤੇ ਰਹਿ ਕੇ ਪੈ ਗਈ ਮੋਜਾਂ ਨਾਲ। ਪੈਣਾ ਨੀ, ਥੱਕ ਗਈ ਮੈਂ ਤਾਂ। ਕਿੱਥੇ ਕਿਉਂ ਥੱਕ ਗਈ? ਪੇਕੀ ਗਈਆਂ ਹੋ ਗਈਆਂ ਤੂੰ ਕਿਤੇ ਤੇ ਫੇਰ ਥੱਕਦਾ ਨੀ ਹੁੰਦਾ? ਆਹੋ ਥੱਕ ਗਈ ਮਹਾਰਾਣੀ ਨਾ, ਇੰਨਾ ਕੰਮ ਪਿਆ ਤੇਰਾ ਪਿਓ ਕਰੂਗਾ। ਗੱਲ ਸੁਣ ਲੈ ਨੀ, ਮੇਰੇ ਪਿਓ ਤੇ ਨਾ ਚਾਈ। ਆਹੋ ਚਾਈ ਨਾ ਤੇਰੇ ਪਿਓ ਤੇ, ਖਾਖਾ ਮਾਰ ਦੂੰਗੀ, ਸਾਰੇ ਪਿੰਡ ਚ ਕਮਾਈ ਫਿਰੂੰਗੀ, ਫਿਰ ਕੇ ਗੁਦਣੀ ਜੀ। ਨਾ ਮੈਂ ਕੀ ਤੈਨੂੰ ਬਖਸ਼ੂਗੀ। ਚੱਲ ਚੱਲ ਤੂੰ ਕੰਮ ਕਰ, ਮੈਂ ਨਹੀਂ ਕਰਦੀ ਕੁਰਦੀ ਕੋਈ ਵੀ ਕੰਮ। ਕਰਦੀ ਨਹੀਂ ਤੂੰ ਵੱਡੀ ਆਈ ਕੰਮ, ਜਦੋਂ ਦੇਖੋ ਪਈ ਰਹਿੰਦੀ, ਜਦੋਂ ਦੇਖੋ ਪਈ ਰਹਿੰਦੀ ਆ। ਚੱਲ ਤੂੰ ਇੱਥੋਂ ਜਾ। ਥੱਕ ਗਈ ਇਹ ਮਹਾਰਾਣੀ। ਕਰਵਾ ਲਈ ਤੂੰ ਮੇਰੇ ਤੇ ਕਰਵਾਈ ਕੰਮ, ਆ ਗਈ ਕਰਵਾਉਣ ਵਾਲੀ ਕੰਮ ਮੇਰੇ ਤੋਂ ਵੱਡੀ। ਉਹ ਲਿਆ ਦੇ ਪਾਣੀ ਯਾਰ, ਉੱਥੇ ਘਰ ਪਾ ਲਿਆ ਜਾ ਕੇ ਮਹੀਨਾ ਲਾਤਾ। ਆ ਲੋ ਚੱਕੋ ਪਾਣੀ, ਆਪਣੇ ਤੋਂ ਤਾਂ ਨਹੀਂ ਹੁੰਦੀ ਹੁਣ ਕੱਟਤ। ਜਿਹੜੇ ਤੁਸੀਂ ਪੈਸੇ ਦੇ ਕੇ ਗਏ ਸੀ ਉਹ ਚ 50,000 ਰੁਪਏ ਲੈ ਕੇ ਛੋਟਾ ਸੋਰੀ ਵੱਜਿਆ। ਉਹ ਕੋਈ ਲੋੜ ਹੋਣੀ ਆ ਉਹਨਾਂ ਨੂੰ? ਨਾ ਲੋੜ ਕਾਹਦੀ ਆ, ਆਪਣੀ ਮੰਗਣ ਲੱਗ ਜਾਂਦੇ ਹੈਗੇ। ਨਾਲੇ ਡੱਕਾ ਕੰਮ ਨਹੀਂ ਕਰਦੀ ਉਹ ਭੋਰਾ ਵੀ ਘਰ ਦਾ। ਹੁਣ ਫਿਰ ਹੱਲ ਕੀ ਆ? ਹੱਲ ਇਹ ਆ ਵੀ ਜਾਂ ਤਾਂ ਅੱਡ ਹੋ ਜਾਓ ਤੇ ਨਹੀਂ ਤਾਂ ਮੈਂ ਤਾਂ ਕੁਛ ਖਾ ਕੇ ਮਰ ਗਈ ਤਾਂ ਸਾਂਭੀ ਜਾਵੇ ਜਵਾਕਾਂ ਨੂੰ ਆਪੇ। ਇਹ ਵੀ ਹੁਣ ਘਟਦੀਆਂ ਨੀ ਇਕੱਠੀਆਂ, ਇਹਨਾਂ ਦੇ ਮੂੰਹ ਖੁੱਲ ਗਏ ਇੱਕ ਦੂਜੀ ਨਾਲ ਬੋਲਣ ਚ। ਕੋਈ ਫਾਇਦਾ ਨੀ ਨੁਕਸਾਨ ਕਰਾਉਣ ਦਾ। ਬਾਕੀ ਬੇਬੇ ਬਾਪੂ ਵਰਗੇ ਨਾਲ ਕਰਦੇ ਆ ਗੱਲ, ਕੀ ਕਹਿੰਦੇ ਆ? ਹਰਪ੍ਰੀਤ ਜਾ ਰੋਟੀ ਪਾ ਕੇ ਲੈ ਕੇ ਆ। ਮੇਰੇ ਤੋਂ ਨਹੀਂ ਲਿਆਂਦੀ ਜਾਂਦੀ। ਕਿਆ ਕੀ ਗੱਲ ਹੋ ਗਈ? ਉਹਨਾਂ ਉਹ ਬੱਟੀ ਮੈਨੂੰ ਗੱਲ ਗੱਲ ਤੇ ਬੋਲਦੀ ਆ, ਮੇਰੇ ਪਿਓ ਤੱਕ ਜਾਂਦੇ ਆ। ਕੀ ਗੱਲ ਦੇਣਾ ਮੈਂ ਉਹਦਾ ਕੁਛ? ਕੀ ਹੋ ਗਿਆ ਹੁਣ? ਹੁਣ ਫਿਰ ਤੂੰ ਕਲੇਸ਼ ਪਾ ਲਿਆ ਤਾਂ ਰੋਟੀ ਤਾਂ ਫੜਾ ਦੇ, ਕੋਈ ਗੱਲ ਨੀ ਕਰ ਲੈਣੇ ਆ ਗੱਲਬਾਤ। ਰੋਟੀ ਤਾਂ ਉਦੋਂ ਹੀ ਪੱਕੂ ਜਦੋਂ ਆਪਾਂ ਅੱਡ ਹੋ ਗਏ। ਅੱਡ ਹੋਣ ਵਾਲੀ ਕੀ ਗੱਲ ਆ ਯਾਰ, ਤੈਨੂੰ ਭਾਈ ਨੇ ਤਾਂ ਨਹੀਂ ਕੁਛ ਕਿਹਾ, ਭਾਉ ਨੇ ਕਿਹਾ, ਭਾਬੀ ਨੇ ਕਿਹਾ, ਉਹ ਨਾ ਕਰ ਲਾਂਗੇ ਗੱਲ ਆਪਾਂ। ਐਵੇਂ ਕਿਵੇਂ ਕਰ ਲਾਂਗੇ? ਗੱਲ ਗੱਲ ਤੇ ਬੋਲਦੀ ਆ, ਕਦੇ ਮੇਰੇ ਪਿਓ ਨੂੰ ਕਦੇ ਮੇਰੇ ਭਰਾ ਨੂੰ, ਕੀ ਗੱਲ? ਚੱਲ ਕੋਈ ਗੱਲ ਨੀ, ਮੈਂ ਕਰਦਾ ਗੱਲ ਬਾਪੂ ਨੂੰ ਤੇ ਬਾਈ ਨੂੰ ਵਿੱਚ ਪਾ ਕੇ, ਫਿਰ ਗੱਲ ਹੋਊਗੀ। ਥੋੜਾ ਤਾਂ ਰੋਜ਼ ਦਾ ਕੰਮ ਹੀ ਹੋ ਗਿਆ। ਤੁਸੀਂ ਕੁਛ ਨੀ ਕਰਦੇ, ਤੁਹਾਡੇ ਤਾਂ ਨਹੀਂ ਕੁਛ ਹੁੰਦਾ। ਤੁਸੀਂ ਤਾਂ ਰੋਜ਼ ਹੀ ਕਹਿੰਦੇ ਨਾ ਕਰਾਂਗੇ ਕਰਾਂਗੇ, ਇਹ ਮੈਂ ਹੀ ਕਰੂੰਗੀ। ਮੈਂ ਤਾਂ ਚੱਲੀ ਆਦੇ ਪੇਕੇ ਟਿੰਡ ਫੋੜੀ ਚੱਕ ਕੇ, ਮੈਂ ਤਾਂ ਉਹਦੀ ਆਉਂ ਜਦੇ ਘਰ ਚ ਕੰਧ ਨਿਕਲ ਗਈ। ਓਏ ਚੱਲ ਤੂੰ ਬਹਿ ਜਾ ਟਿੱਕੇ, ਮੇਰੀ ਗੱਲ ਸੁਣ ਲੈ, ਐਵੇਂ ਨਾ ਗੱਲ ਨੂੰ ਵਧਾ, ਮੈਂ ਕਰਦਾ ਗੱਲ। ਕਰਦੇ ਹੋ ਗੱਲ? ਗੱਲ ਨਹੀਂ ਕਰਦੇ ਹੋ ਤੈਨੂੰ? ਹੁਣ ਤਾਂ ਇਹਨਾਂ ਦਾ ਨਿੱਤ ਦਾ ਕਲੇਸ਼ ਹੈ।
ਨਾ ਤਾਂ ਰੋਟੀ ਟੁੱਕ ਬਣਾਉਂਦੀਆਂ ਟਾਈਮ ਨਾਲ, ਜੇ ਬਣਾਉਂਦੀਆਂ ਤਾਂ ਖਾਣ ਨਹੀਂ ਦਿੰਦੀਆਂ ਗੀ। ਕੀ ਹੱਲ ਹੋਊਗਾ ਇਹਨਾਂ ਦਾ? ਮੈਨੂੰ ਤਾਂ ਹੀ ਚਿੰਤਾ ਮਾਰੀ ਜਾਂਦੀ ਹੈਗੀ। ਉਹੀ ਤਾਂ ਗੱਲ ਆ, ਇੱਕ ਦੂਸਰੀ ਤਾਂ ਚੜ੍ਹ ਚੜ੍ਹ ਕੇ ਗੱਲਾਂ ਕਰਦੀਆਂ ਨਾ, ਹੈਂ ਮਾਂ ਪਿਓ ਤੱਕ ਵੀ ਪਹੁੰਚ ਗਈਆਂ, ਉਹਦੇ ਪਿਓ ਤਾਂ ਹੀ ਪਹੁੰਚ ਗਏ, ਉਹਦੇ ਭਰਾਵਾਂ ਤਾਂ ਹੀ ਪਹੁੰਚ ਗਈ, ਮੈਂ ਦੱਸ ਕੀ ਕਰੀ ਆ। ਹੁਣ ਮੈਂ ਤਾਂ ਦੋਨਾਂ ਨੂੰ ਸਮਝਾਉਣੀ, ਦੋਨੇ ਨਹੀਂ ਸਮਝਦੀਆਂ। ਉਹ ਕਹਿੰਦੀ ਤੂੰ ਉਹਦੀ ਕਰਦੀ ਆ, ਉਹ ਕਹਿੰਦੀ ਤੂੰ ਉਹਦੀ ਕਰਦੀ ਆ। ਹੁਣ ਮੈਂ ਦੱਸ ਕਿੱਧਰ ਜਾਵਾਂ? ਤਾਂ ਬਹੁਤ ਔਖਾ ਹੋ ਗਿਆ। ਕਿਵੇਂ ਬਾਪੂ? ਹਾਂ ਪੁੱਤ ਠੀਕ ਆ ਪੁੱਤ। ਉਹ ਮੈਂ ਤੇਰੇ ਨਾਲ ਰਾਏ ਕਰਨੀ ਸੀ ਯਾਰ ਇੱਕ। ਕੀ ਰਾਏ ਕਰਨੀ ਸੀ ਪੁੱਤ ਦੱਸ? ਉਹ ਗੱਲ ਬਾਪੂ ਆਏ ਆ ਯਾਰ, ਹੁਣ ਸੋਨੂੰ ਵੀ ਪਤਾ ਵੀ ਰੋਜ਼ ਰੋਜ਼ ਦਾ ਕਲੇਸ਼ ਹੁਣ ਦੇਖਿਆ ਨਹੀਂ ਜਾਂਦਾ। ਇਹਦਾ ਇੱਕ ਦੂਜੇ ਦੇ ਬੈਰ ਪੰਗਾ ਖੜੀਆਂ, ਇਹ ਨਾ ਹੋਵੇ ਆਪਣਾ ਨੁਕਸਾਨ ਹੋਵੇ ਤੇ ਲੋਕਾਂ ਦਾ ਤਮਾਸਾ ਬਣ ਜੇ। ਬਾਕੀ ਬਾਪੂ ਤੁਸੀਂ ਵੀ ਸਮਝਦਾਰ ਹੋ, ਹੁਣ ਸੋਨੂੰ ਵੀ ਪਤਾ ਕੀ ਚੰਗਾ ਤੇ ਕੀ ਮਾੜਾ, ਲੋਕ ਕੰਧਾਂ ਉੱਤੋਂ ਦੀ ਚੜ ਚੜ ਦੇਖਦੇ ਆ। ਹਾਂ ਬਾਪੂ ਇਹ ਗੱਲ ਬਾਈ ਸਹੀ ਕਹਿੰਦਾ, ਨਾਲੇ ਸਾਡੇ 'ਚ ਤਾਂ ਕੋਈ ਇਹੋ ਜਿਹੀ ਅਣਹੋਣੀ ਹੈ ਨਹੀਂ, ਪਰ ਉਹਨਾਂ ਕਰਕੇ ਹੁਣ ਸਾਡੀ ਨਹੀਂ ਨਿਭਦੀ। ਉਹ ਤਾਂ ਗੱਲ ਠੀਕ ਹੈ ਪੁੱਤ ਤੁਹਾਡੀ, ਪਰ ਜੋ ਤੁਸੀਂ ਇਕੱਠੇ ਸੀ ਤੇ ਮੈਂ ਕਦੇ ਆਪਦੇ ਆਪ ਨੂੰ ਕਮਜ਼ੋਰ ਨਹੀਂ ਸਮਝਿਆ, ਤਾਂ ਤੁਹਾਨੂੰ ਦੇਖ ਦੇਖ ਕੇ ਲੋਕ ਵੀ ਮਸਾਲਾ ਦਿੰਦੇ ਸੀ ਵੀ ਏਕਾ ਹੋਵੇ ਤਾਂ ਇੰਨਾ ਜਿੰਨਾ ਹੋਵੇ। ਹੁਣ ਜਦੋਂ ਦੀਆਂ ਇਹ ਗੱਲਾਂ ਚੱਲੀਆਂ ਨੇ ਅਡਾਉਣ ਦੀਆਂ, ਬਟਵਾਰਾ ਕਰਨ ਦੀਆਂ, ਇਹ ਗੱਲਾਂ ਨੂੰ ਦੇਖ ਦੇਖ ਕੇ ਮੇਰਾ ਸੀਨਾ ਵੱਡ ਲੱਗਾ, ਮੇਰੀ ਛਾਤੀ ਵੱਡ ਰਹੀ ਹੈ, ਮੈਂ ਕਿਵੇਂ ਅੱਡ ਕਰਾਂ ਆਹ ਦਿਨ ਦੇਖਣ ਤੋਂ ਪਹਿਲੇ। ਕਿਉਂ ਨਾ ਮਰ ਗਿਆ, ਕਿਉਂ ਨਾ ਮਰ ਗਿਆ ਮੈਂ, ਮੈਨੂੰ ਨਹੀਂ ਪਤਾ ਸੀਗਾ ਵੀ ਮੈਨੂੰ ਵੀ ਆਹ ਦਿਨ ਦੇਖਣੇ ਪੈਣਗੇ। ਬਾਪੂ ਤੂੰ ਬਾਲੀ ਸਲਾਹਾਂ ਲਿਆ ਦੇ, ਜਿਵੇਂ ਕਰਦੇ ਹੋ ਮੈਂ ਕਰਨ ਦੇ ਇਹਨਾਂ ਨੂੰ। ਓ ਭਾਬੀ ਚੁੱਪ ਕਰ, ਨਾਲੇ ਤੈਨੂੰ ਪਤਾ ਨਾ ਅਸੀਂ ਗੱਲ ਕਰ ਰਹੇ ਆ, ਤੁਹਾਡੇ ਕਰਕੇ ਸਾਨੂੰ ਅੱਜ ਆਹ ਦਿਨ ਦੇਖਣਾ ਪੈ ਰਿਹਾ। ਓ ਬਾਈ ਇਹ ਮੈਨੂੰ ਐਂ ਲੱਗਦਾ ਦੁਬਾਰੇ ਫੇਰ ਨਾ ਕਲੇਸ਼ ਪੈ ਜੇ, ਤੂੰ ਐਂ ਕਰ ਸਰਪੰਚ ਨੂੰ ਫੋਨ ਲਾ, ਜਿਹੜਾ ਅੱਜ ਕੰਮ ਹੋ ਗਿਆ ਬਸ ਚੰਗਾ ਹੀ ਆ। ਹਾਂ ਨਿੱਕਿਆ ਆੜ ਨਾਲ ਤਾਂ ਬਾੜੀ ਚੰਗੀ ਆ। ਬਸ ਠੀਕ ਹੈ, ਤੁਸੀਂ ਨਹੀਂ ਅੜਦੀਆਂ, ਤੁਸੀਂ ਅੱਡ ਕਰਾ ਕੇ ਹਟੋ ਗਈਆਂ। ਹੈਲੋ ਹੁਣ ਤਾਂ ਖੁਸ਼ ਹੋ ਗਈਆਂ? ਹੈਲੋ ਹਾਂਜੀ ਸਰਪੰਚ ਸਾਹਿਬ। ਚਲੋ ਛੱਡੋ ਭਾਈ, ਇਹੋ ਜਿਹੀਆਂ ਗੱਲਾਂ ਤਾਂ ਘਰਾਂ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ, ਜੇ ਤੁਸੀਂ ਨਿੱਕੇ ਨਿੱਕੇ ਗੱਲਾਂ ਨੂੰ ਲੈ ਕੇ ਬੈਠੋਗੇ ਫਿਰ ਤਾਂ ਕਾਮਯਾਬ ਹੋਏ ਖੜੇ ਹੋ। ਹੈ ਕਈ ਗੱਲਾਂ ਨੂੰ ਖਤਮ ਵੀ ਕਰ ਦੇਣਾ ਚਾਹੀਦਾ ਹੁਣ। ਨਾਲੇ ਗੱਲ ਇੱਕ ਹੋਰ ਆ ਭਾਈ, ਵੰਡ ਤਾਂ ਮਿੰਟ 'ਚ ਦੀ ਹੋ ਜੂਗੀ ਪਰ ਵੇਖ ਲਓ ਇਕੱਠੇ ਹੋਣਾ ਬਹੁਤ ਔਖਾ ਬਾਅਦ 'ਚ। ਨਾ ਸਰਪੰਚਾ ਬਾਲੀਆਂ ਮੱਤਾਂ ਨਾ ਦੇ, ਜਦੋਂ ਇਕੱਠੇ ਹੋਣਾ ਉਹ ਆਪੇ ਹੋ ਜਾਣਗੇ, ਛੇਤੀ ਛੇਤੀ ਕੰਮ ਨਿਬੇੜ ਤੇ ਉਹਦਾ ਤੁਰਦਾ ਲੱਗ। ਦੇਖੋ ਸਰਪੰਚ ਸਾਹਿਬ ਸਮਾਨ ਸਾਰਾ ਵੰਡ ਲਿਆ ਤੇ ਆਹ ਘਰ ਰਹਿ ਗਿਆ, ਉਹ ਪੰਗਾ ਇੱਟਾਂ ਤੇ ਤੁਸੀਂ ਇੱਥੇ ਫੀਤਾ ਲਾ ਕੇ ਸਾਡੀ ਕੰਧ ਕਢਾ ਦਿਓ। ਕੰਧ ਕਢਾ ਦਿਓ? ਉਹ ਕਾਕਾ ਜਦੋਂ ਇੱਕ ਵਾਰੀ ਧਾਗਾ ਟੁੱਟ ਜਾਂਦਾ ਨਾ ਤਾਂ ਉਹ ਪਹਿਲਾਂ ਵਰਗਾ ਨਹੀਂ ਰਹਿੰਦਾ, ਫਿਰ ਚਾਹੇ ਉਹਨੂੰ ਜਿੰਨੀਆਂ ਮਰਜ਼ੀ ਮਜ਼ਬੂਤ ਗੱਢਾਂ ਦੇ ਲਓ, ਠੀਕ ਹੈ ਨਾ? ਇਵੇਂ ਰਿਸ਼ਤੇ ਹੁੰਦੇ ਨੇ ਪੁੱਤਰ, ਠੀਕ ਹੈ ਨਾ? ਜਦੋਂ ਰਿਸ਼ਤਾ ਇੱਕ ਵਾਰੀ ਟੁੱਟ ਜਾਂਦਾ ਨਾ ਤਾਂ ਦੁਬਾਰਾ ਉਹ ਕਦੇ ਨਹੀਂ ਜੁੜਦਾ। ਤੁਸੀਂ ਕਹਿੰਦੇ ਦੁਬਾਰਾ ਇਕੱਠੇ ਹੋ ਜਾਂਗੇ, ਘਰ 'ਚ ਕੰਧਾਂ ਕੱਢ ਦਿਓ, ਇੱਕ ਵਾਰੀ ਜੋ ਵੱਖ ਹੋ ਗਿਆ ਨਾ ਉਹ ਦੁਬਾਰਾ ਨਹੀਂ ਮਿਲਦਾ। ਨਾਲੇ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਇਨਸਾਨ ਨੇ ਭਾਵੇਂ ਜਿੰਨੀ ਮਰਜ਼ੀ ਤਰੱਕੀ ਕਰ ਲਈ ਆ, ਜਿੰਨਾ ਮਰਜ਼ੀ ਉਹਨੇ ਪੈਸਾ ਕਮਾ ਲਿਆ, ਪਰ ਉਹ ਬਿਜ਼ਨਸ ਮਾਈਂਡਡ ਹੋ ਕੇ ਰਹਿ ਗਿਆ, ਉਹਨੇ ਰਿਸ਼ਤੇ ਗਵਾ ਲਏ। ਪਰਿਵਾਰ 'ਚ ਜਦੋਂ ਇਕੱਠੇ ਰਹਿੰਦੇ ਨਾ ਲੋਕ ਤਾਂ ਉਹਨਾਂ ਦੇ ਉੱਤੇ ਇੱਕ ਛੱਤ ਹੁੰਦੀ ਹੈ, ਇੱਕ ਪਰਿਵਾਰ ਦੀ ਛਾਂ ਹੁੰਦੀ ਹੈ। ਜਦੋਂ ਬੰਦਾ ਜਿਉਂਦਾ ਆਪਦੀ ਜ਼ਿੰਦਗੀ ਨੂੰ ਜਿਉਂਦਾ, ਇਕੱਲਾ ਰਹਿ ਕੇ ਤਾਂ ਆਪਣੀ ਜ਼ਿੰਦਗੀ ਨੂੰ ਕੱਟਦਾ ਹੀ ਹੈ ਬਈ, ਠੀਕ ਹੈ ਨਾ? ਜੋ ਤੁਸੀਂ ਕਰ ਰਹੇ ਹੋ ਤੁਹਾਡੇ ਲਈ ਅੱਜ ਸਹੀ ਲੱਗਦਾ, ਪਰ ਇਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਕਦੇ ਹੋਰ ਸੁਪਨੇ ਸਜਾਏ ਹੋਣਗੇ ਤੁਹਾਨੂੰ, ਪਰ ਤੁਸੀਂ ਸਾਰੇ ਰੋਲ। ਬਾਪੂ ਕੀ ਸੋਚਦਾ ਫਿਰ, ਪਾ ਦੀਏ ਵੰਡੀਆਂ? ਮੈਂ ਆਪਦੇ ਮੂੰਹ ਕਿਵੇਂ ਕਹਿ ਸਕਦਾ, ਕਿਵੇਂ ਕਹਿ ਸਕਦਾ ਮੈਂ ਮੇਰੇ ਪੁੱਤਾਂ ਨੂੰ ਅੱਡੋ ਅੱਡ ਕਰ ਦੋ। ਦੇਖੋ ਕੋਈ ਮਾਂ ਪਿਓ ਐ ਵੀ ਕਹਿੰਦਾ, ਕਦੇ ਪਿਓ ਕਦੇ ਮਾਂ ਵੱਖ ਕਰ ਸਕਦਾ ਤੇ ਬੱਚਿਆਂ ਨੂੰ? ਤੁਸੀਂ ਜਿਹੜੇ ਘਰ ਦੇ ਵਿੱਚ ਪਲੇ ਵਧੇ ਉਸੇ ਨੂੰ ਵੰਡਣਾ ਚਾਹੁੰਦੇ ਹੋ? ਤੁਸੀਂ ਕਦੇ ਅਸਮਾਨ 'ਚ ਉੱਡਦੇ ਹੋਏ ਪੰਛੀਆਂ ਨੂੰ ਵੇਖਿਆ?
बेशक वो खुले आसमान च उड़ते पर उड़ते कट्ठे ने क्योंकि आसमान ही उन्हों का घर वो कदे नहीं चाहते वो आपका आसमान बना लें उवें जिकर ये तुहाडा आसमान है तुहाडा अपना घर है तो तुसी इस आसमान नूं वंडना चाहते सच कहा किसी ने बंदा जिन्ना मर्जी तरक्की कर ले पर उन्हू ना तो रिश्ते सामने आए है तो ना इंसानियत वांग जीना आया मेरी बांह दुखन लाती मां ने ना पुत मिलके रहिदा हुंदा दो भरा लड़दे नहीं हुंदे जिन्ना मर्जी समझा ला थी इन्हां नूं मननी तां इन्हां ने आपदे घर वाली थी है आपा मामा तां इन्हां नूं पालण आउंदे नाले माड़े टाइम च आपां इन्हां दा साथ दिंदे आ ते चंगे टाइम वेले तां इन्हां दे नाल कोई होर हुंदियां ने मैं भी इन्हां नूं बहुत समझाया सी ते इह वी इक दूजे तों बिना रहिंदे नहीं सी ते ना मेरे तों बिना देख लो सरपंच साहब इन्होंने सारा कुछ बंट लिया अजे तक इन्होंने समझ च यह नहीं आया कि मां प्यो नु किने रखना रिश्तियां खातर रहना पैदा है रहना पैदा चुप जे कोई समझे जे कोई जाने हुंदा मां पिया दा की दुख हुंदा मां पिया दा की दुख माता जी जे थोड़ा इन्हां नूं ख्याल आया हुंदा ना तां इन्हां ने भला दी घर दे विच वंडियां पाउणियां सी अज कल दे बच्चां नूं मां प्यो दा ख्याल घट ही आउंदा देख भाई गुस्सा तां करी ना मेरी गल दा तैनूं कि गल कहनी है जे तू सुख चाहुणी है ना आपदे बच्चां तों तां इहनूं आपदे प्यो वर्गा ना बणाई इहदी भूआ वर्गा बणाई जिहड़ी अज भी साडे वल देखदी है बेचारी साडे दुख सुख च आउंदी है चल भागवाने आपां वी आराम करिए तू इन्हां तों की उम्मीद रखदी है बटवारा तां संताली वाला भी देखिया सी पर इस चुप चपीते बटवारे ने इहो जी सट मारी है दस नहीं सकते पत्थरां नूं पूज के पुत्र लेते सी ते इन्हां पुत्रां दे दिल भी तां पत्थर ही होने सी ना इन्हां तों पाई कदर ना तुसी मेरे दुद्ध दी वे पाई कदर ना तुसी मेरे दुद्ध दी वे पत्थरां नूं मां पूजदी वे मारी पुत दी हां पत्थरां नूं मां पूजदी वे मारी पुत दी पुत डिग के पैरों च मां दे रोया ओ पुत डिग के पैरों च मां दे रोया एक बारी माफ कर देनी अम्मी मेरी ए भाई गल नहीं समझ लगी तुसी कोई फैसला भी नहीं सुनाया वो फिर भी इकट्ठे हो गए ਕਿਵੇਂ ਹੋਇਆ ਸਭ ਇਹ ਅਸਲ ਚ ਰਮਾਨ ਇਹ ਸਾਡੇ ਕਲਚਰ ਦਾ ਇਸ਼ੂ ਹੈ ਇੱਥੇ ਕਿਸੇ ਚ ਸਹਿਣਸ਼ੀਲਤਾ ਨਹੀਂ ਹੈ ਇਹਨਾਂ ਦੇ ਦਿਲਾਂ ਦੇ ਅੰਦਰ ਨਾ ਮੈਲ ਭਰ ਗਈ ਸੀ ਅਤੇ ਜਦੋਂ ਇਹਨਾਂ ਦੀ ਉਹ ਮੈਲ ਨਿਕਲ ਗਈ ਹੈ
ਤਾਂ ਸਾਰੇ ਇੱਕ ਹੋ ਗਏ ਨੇ। ਇਸ ਕਰਕੇ ਆਪਾਂ ਨੂੰ ਫੈਸਲਾ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਪਈ, ਇਹਨਾਂ ਨੇ ਆਪਣੇ ਆਪ ਹੀ ਫੈਸਲਾ ਕਰ ਲਿਆ। ਮੈਂ ਤਾਂ ਇਹ ਗੱਲ ਜਾਣਦਾ, ਜੇਕਰ ਹਰ ਇੱਕ ਪਰਿਵਾਰ ਇਸੇ ਤਰ੍ਹਾਂ ਫੈਸਲਾ ਕਰਨ ਲੱਗ ਜਾਵੇ ਨਾ, ਤਾਂ ਮੈਨੂੰ ਲੱਗਦਾ ਕਿਸੇ ਸਰਪੰਚ ਨੂੰ ਕਿਸੇ ਦੇ ਘਰ ਜਾ ਕੇ ਵੰਡੀਆਂ ਪਵਾਉਣ ਦੀ ਜ਼ਰੂਰਤ ਨਾ ਪਵੇ। ਚਲੋ ਵਧੀਆ ਹੋਇਆ ਬਾਈ ਸਭ ਕੁਛ। ਮਾਏ ਮੇਰੀ ਏ ਨੀ ਮਾਏ ਮੇਰੀ ਏ। ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਸਟੋਰੀ ਮੇਰੇ ਕਲਾਸ ਫੈਲੋ ਪਵਨ ਜੱਸੀ ਦੀ ਹੈ, ਅਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਸਟੋਰੀ ਕਿੱਦਾਂ ਦੀ ਲੱਗੀ। ਇੱਦਾਂ ਦੀਆਂ ਪਰਿਵਾਰਕ ਵੀਡੀਓ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਸਾਡਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਸਤਿ ਸ਼੍ਰੀ ਅਕਾਲ।